ਸਾਰੀ ਜਿਤਨੀ ਆਣੀ ਸਭ ਕੋ ਬਰਾਬਰ ਰੱਖਣਾ। ਉਸਕੀ ਇੱਕ ਬੜੀ ਨਿਸ਼ਾਨੀ ਗੁਰੂ ਜੀ ਨੇ ਪੈਦਾ ਕੀ, ਇੱਕ ਥਾਲੀ ਲੰਗਰ ਕੀ ਔਰ ਚਾਰ ਆਦਮੀ ਇਕੱਠੇ ਬੈਠ ਕੇ ਖਾਣਾ। ਜਬ ਚਾਰ ਕੀਏ ਤੋ ਮੈਨੇ ਗੁਰੂ ਜੀ ਸੇ ਇੱਕ ਦਿਨ ਪੁੱਛਾ, ਮੈਂ ਕਿਹਾ ਗੁਰੂ ਜੀ ਇਹ ਕਿਆ ਲੀਲਾ ਹੈ ਕਿ ਇੱਕ ਥਾਲੀ ਮੈਂ ਅਬ ਚਾਰ ਕੀਏ, ਪਹਿਲੇ ਇੱਕ ਥਾਲੀ ਵੀ ਇੱਕ ਸਨ ਫਿਰ ਦੋ ਕੀਏ, ਦੋ ਜ਼ਿਆਦਾ ਦੇਰ ਨਹੀਂ ਰੱਖੇ ਤੁਰੰਤ ਚਾਰ ਹੀ ਕਰ ਦੀ। ਗੁਰੂ ਜੀ ਨੇ ਜਵਾਬ ਦਿੱਤਾ ਕਹਿੰਦੇ ਚਾਰ ਵਰਨ ਗੁਰੂ ਇੱਕ ਕਰਾਏ, ਚਾਰ ਵਰਗ ਕੇ ਲੋਕ ਹੈ। ਉਹ ਕਹਿੰਦੇ ਇੱਕ ਬਰਾਬਰ ਕਰਦੇ